ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਆਸ ਕਰਦਾ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਰਾਜ਼ੀ ਖੁਸ਼ੀ ਹੋਵੋਗੇ। ਤੁਸੀਂ ਦੇਖ ਰਹੇ ਹੋ TV 84 ਤੇ ਮੈਂ ਹਾਜ਼ਰ ਹਾਂ ਪ੍ਰੋਗਰਾਮ ਦਾ ਫੋਲਟ ਲਾਈਨਸ ਲੈ ਕੇ। ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਇਹ ਦੱਸਦੇ ਕਿ ਹੁਣ ਅੱਜ ਤੋਂ ਹੀ ਹਰ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਫੋਲਟ ਲਾਈਨਸ ਨੂੰ TV 84 ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ TV 84 ਦੇ ਯੂਟਿਊਬ ਪੇਜ ਅਤੇ ਫੇਸਬੁੱਕ ਪੇਜ 'ਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਹਾਲਾਂਕਿ ਸਾਡੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਯੂਟਿਊਬ ਜਾਂ ਫੇਸਬੁੱਕ, ਉਹ ਇੰਡੀਆ ਦੇ ਵਿੱਚ ਰਿਸਟ੍ਰਿਕਟਡ ਨੇ, ਬੈਂਡ ਨੇ, ਪਰ ਫਿਰ ਵੀ ਡਾਇਸਪੋਰਾ ਦੇ ਵਿੱਚ ਤੁਸੀਂ ਸਾਨੂੰ ਦੇਖ ਸਕਦੇ ਹੋ। ਅਤੇ ਸਾਡਾ ਇਹ ਪ੍ਰੋਗਰਾਮ ਜਿਹੜਾ ਆ ਉਹ ਫੋਕਸਡ ਰਿਹਾ ਕਰੇਗਾ ਕਿ ਜਿਹੜੀਆਂ ਖਬਰਾਂ ਜਾਂ ਘਟਨਾਵਾਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵਾਪਰਦੀਆਂ ਨੇ, ਖਾਸ ਕਰਕੇ ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਲੋਕਾਂ ਨਾਲ ਜਾਂ ਸਿੱਖ ਭਾਈਚਾਰੇ ਨਾਲ ਹੁੰਦਾ ਆ, ਉਹਨਾਂ ਘਟਨਾਵਾਂ ਦੇ ਪਿੱਛੇ ਜੋ ਲੁਕੇ ਸੱਚ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਉਜਾਗਰ ਕਰ ਸਕੀ। ਖਾਸ ਕਰਕੇ ਇਹ ਅਨਾਲਿਸਿਸ ਦਾ ਪ੍ਰੋਗਰਾਮ ਹੋਵੇਗਾ ਜਿਸ ਦੇ ਵਿੱਚ ਅਸੀਂ ਕੁਝ ਤੱਥਾਂ ਦੇ ਨਾਲ, ਕੁਝ ਫੈਕਟਸ ਦੇ ਨਾਲ ਤੁਹਾਡੇ ਅੱਗੇ ਜਿਹੜੀ ਗੱਲ ਆ ਉਹ ਨਸ਼ਰ ਕਰਾਂਗੇ। ਅਤੇ ਆਸ ਕਰਦੇ ਹਾਂ ਕਿ ਜਿਵੇਂ ਤੁਸੀਂ ਇਸ ਤੋਂ ਪਹਿਲਾਂ TV 84 ਦੇ ਪ੍ਰੋਗਰਾਮਾਂ ਨੂੰ ਸਾਥ ਅਤੇ ਸਹਿਯੋਗ ਦਿੰਦੇ ਰਹੇ ਹੋ, ਉਸੇ ਤਰ੍ਹਾਂ ਤੁਸੀਂ ਸਾਡੇ ਇਸ ਨਵੇਂ ਪ੍ਰੋਗਰਾਮ ਦਾ ਫੋਲਟ ਲਾਈਨਸ ਨੂੰ ਵੀ ਪਿਆਰ ਦਿਵੋਗੇ। ਅਤੇ ਸਾਡਾ ਇਹ ਪ੍ਰੋਗਰਾਮ ਬੇਸਿਕਲੀ ਅਸੀਂ ਟੋਰਾਂਟੋ ਤੋਂ ਪੇਸ਼ ਕਰਿਆ ਕਰਾਂਗੇ ਅਤੇ ਕੈਨੇਡਾ ਦਾ ਜਿਹੜਾ ਸਿੱਖ ਭਾਈਚਾਰਾ ਆ ਜਾਂ ਪੰਜਾਬੀ ਭਾਈਚਾਰਾ ਆ ਉਸ ਦੇ ਉੱਤੇ ਸਾਡਾ ਇਹ ਪ੍ਰੋਗਰਾਮ ਜ਼ਿਆਦਾਤਰ ਫੋਕਸਡ ਰਿਹਾ ਕਰੇਗਾ। ਅਤੇ ਕੈਨੇਡਾ ਦੇ ਭਾਈਚਾਰੇ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ TV 84 ਤੁਹਾਡੀ ਆਵਾਜ਼ ਹੈ, ਲਗਾਤਾਰ ਹੱਕ ਸੱਚ ਦੀ ਗੱਲ ਕਰ ਰਿਹਾ ਹੈ, ਅਤੇ ਕੈਨੇਡਾ ਦਾ ਜਿਹੜਾ ਸਾਡਾ ਭਾਈਚਾਰਾ ਆ ਉਹ ਜ਼ਰੂਰ ਸਾਡੇ ਇਸ ਪ੍ਰੋਗਰਾਮ ਨੂੰ ਸਪੋਰਟ ਕਰੇ। ਅਤੇ ਹੁਣ ਮੈਂ ਅੱਜ ਆਪਣੇ ਪਹਿਲੇ ਐਪੀਸੋਡ ਵੱਲ ਆਉਂਦਾ ਕਿ ਸਾਡਾ ਪਹਿਲਾ ਐਪੀਸੋਡ ਜਿਹੜਾ ਆ ਦਾ ਫੋਲਟ ਲਾਈਨਸ ਦਾ, ਉਹਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਦੀ ਪਾਰਲੀਮੈਂਟ ਦੀ। ਭਾਰਤ ਦੀ ਪਾਰਲੀਮੈਂਟ ਜੋ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਹੈ, ਸਾਰੀਆਂ ਖਬਰਾਂ ਜਿਸ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ, ਜਿਹੜੀ ਨਵੀਂ ਇਮਾਰਤ ਬਣਾਈ ਗਈ ਆ, ਇਮਾਰਤ ਹੁਣ ਚਰਚਾ 'ਚ ਘੱਟ ਰਹੀ ਆ, ਇੱਕ ਨਵਾਂ ਡੰਡਾ ਹੁਣ ਚਰਚਾ 'ਚ ਆ ਗਿਆ ਹੈ ਕਿ ਜਿਹੜਾ ਇੱਕ ਨਵਾਂ ਡੰਡਾ ਜਿਹੜਾ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹਿੰਦੂ ਸਾਧਾਂ ਦੇ ਨਾਲ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ, ਅਤੇ ਬੜੇ ਇੱਕ ਗ੍ਰੈਂਡ ਸੈਰੇਮਨੀ ਦੇ ਰੂਪ ਦੇ ਵਿੱਚ ਉਸਨੂੰ ਉੱਥੇ ਸਥਾਪਿਤ ਕੀਤਾ ਆ। ਤਾਂ ਅੱਜ ਦਾ ਮੇਰਾ ਇਹ ਪ੍ਰੋਗਰਾਮ ਜਿਹੜਾ ਆ ਉਹ ਇਸੇ ਦੇ ਉੱਤੇ ਅਧਾਰਿਤ ਰਹੇਗਾ। ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰੋਗਰਾਮ ਦਾ ਜਿਹੜਾ ਨਜ਼ਰੀਆ ਆ ਉਹ ਸਥਾਪਿਤ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣੀ ਚਾਹੁੰਦਾ ਜੋ ਮੋਹਨ ਭਾਗਵਤ RSS ਦੇ ਮੁਖੀ ਦੀ ਕੁਝ ਸਮਾਂ ਪਹਿਲਾਂ ਆਈ ਸੀ ਅਤੇ ਅਸੀਂ ਸਾਰਿਆਂ ਨੇ ਸੁਣੀ ਵੀ, ਸ਼ਾਇਦ ਤੁਸੀਂ ਵੀ ਸੁਣੀ ਹੋਵੇ, ਪਰ ਅਸੀਂ ਗੁਰਦੁਆਰਾ ਸੁਣਦੇ। ਦੇਸ਼ ਕਾਲ ਪਰਿਸਥਿਤੀ ਨੂੰ ਰੂਪ ਆਚਰਣ ਕਾ ਜੋ ਆਪਣੇ ਜੀਵਨ ਮੇ ਆਚਰਣ ਕਰਕੇ ਪੁਰਸਕਾਰ ਕਰਤਾ ਹੈ, ਐਸਾ ਕੋਈ ਵੀ ਹੋ, ਕਿਸੀ ਵੀ ਭਾਸ਼ਾ ਕਾ ਬੋਲਨੇ ਵਾਲਾ ਹੋ, ਕਿਸੀ ਵੀ ਪ੍ਰਾਂਤ ਕਾ ਰਹਿਣੇ ਵਾਲਾ ਹੋ, किसी भी उपासना पद्धति में पूजा करने वाला हो या किसी की पूजा न करने वाला हो, वह भारत माता का पुत्र हिंदू है, वह भारत माता का पुत्र हिंदू है, वह भारत माता का पुत्र हिंदू है। सो तुसी सुनिया कि मोहन भागवत जड़ा के बिना किसी ओहदे तो ਸਰਕਾਰੀ ਅਹੁਦੇ ਤੋਂ, ਪਰ ਇੱਕ ਵੱਡਾ ਤਾਕਤਵਰ ਸ਼ਖਸ ਆ ਅੱਜ ਭਾਰਤ ਦਾ, ਅਤੇ ਉਹ ਇਹ ਐਲਾਨ ਕਰ ਰਿਹਾ ਸਪਸ਼ਟ ਤੌਰ 'ਤੇ ਕਿ ਭਾਰਤ ਮਾਤਾ ਦਾ ਹਰ ਬੱਚਾ ਹਿੰਦੂ ਹੈ, ਮਤਲਬ ਕਿ ਹਰ ਭਾਰਤੀ ਹਿੰਦੂ ਹੈ। ਇਹ RSS ਦੀ ਹੁਣ ਇੱਕ ਬੇਸਿਕ ਸਟੇਟਮੈਂਟ ਹੈ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਦੁਹਰਾਈ ਜਾ ਰਹੀ ਹੈ, ਅਤੇ ਇਹ ਇੱਕ ਸਟੇਟਮੈਂਟ ਨਹੀਂ, ਇੱਕ ਏਜੰਡਾ ਆ, ਇੱਕ ਪ੍ਰੋਜੈਕਟ ਆ। ਅਤੇ ਇਹ ਪ੍ਰੋਜੈਕਟ ਕਈ ਹੁਣ ਮੋਦੀ ਦੀ ਸਰਕਾਰ ਆਉਣ ਦੇ ਨਾਲ ਸ਼ੁਰੂ ਨਹੀਂ ਹੋਇਆ, ਇਸ ਪ੍ਰੋਜੈਕਟ ਦੀ ਸ਼ੁਰੂਆਤ 1947 ਤੋਂ ਪਹਿਲਾਂ ਹੀ ਹੋ ਚੁੱਕੀ ਸੀ, ਜਦੋਂ ਭਾਰਤ ਮਾਤਾ ਦੀ ਇੱਕ ਪੂਰਾ ਬਿੰਬ ਜਿਹੜਾ ਆ ਉਹ ਇੱਕ ਬੰਗਾਲੀ ਹਿੰਦੂ ਦੇ ਵੱਲੋਂ ਉਸਾਰਿਆ ਗਿਆ ਸੀ। ਤਾਂ ਇਹਨਾਂ ਪਿੱਛੇ ਅਸੀਂ ਨਹੀਂ ਜਾਂਦੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਸੀਮਤ ਹੈ, ਲਗਾਤਾਰ ਹੁਣ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ ਇਹਨਾਂ ਤੱਥਾਂ ਬਾਰੇ ਵੀ, ਅਤੇ ਆਪਣੀ ਹੋਂਦ ਬਾਰੇ ਵੀ, ਅਤੇ ਆਪਣੇ ਭਵਿੱਖ ਬਾਰੇ ਵੀ। ਪਰ ਅੱਜ ਮੁੱਦੇ 'ਤੇ ਆਉਂਦੇ ਹਾਂ, ਮੋਹਨ ਭਾਗਵਤ ਜਿਹੜੀ ਗੱਲ ਕਹਿ ਰਿਹਾ ਕਿ ਸਾਰੇ ਭਾਰਤੀ ਹਿੰਦੂ ਨੇ, ਅਤੇ ਨਰਿੰਦਰ ਮੋਦੀ ਜਿਹੜਾ ਸਿੰਗੋਲ ਆ ਰਾਜਦੰਡ ਆ ਉਸ ਨੂੰ ਭਾਰਤ ਦੀ ਸੋ ਕਾਲਡ ਡੈਮੋਕ੍ਰੈਟਿਕ ਕੰਟਰੀ ਇੰਡੀਅਨ ਡੈਮੋਕ੍ਰੈਟਿਕ ਰਿਪਬਲਿਕ ਦੀ ਪਾਰਲੀਮੈਂਟ ਦੇ ਵਿੱਚ ਸੁਸ਼ੋਭਿਤ ਕਰ ਰਹੇ ਆ
हिंदू जिहड़े साधु संत ने उन्हां दे आशीर्वाद दे नाल हिंदू ट्रेडिशन दे नाल हिंदू रिचुअल्स दे नाल पूरियां हवन समगरी सारा कुछ करके सारी दुनिया ने देखा। पर यह संगोल ही चर्चा का विषय क्यों बन रहा है? ये बारे जी भारतीय नैशनल मीडिया की चर्चा हो रही है वो इस पक्ष तो हो रही है कि जी सैकुलरिज्म खतरे च आ गया है, कि जी देखो जड़ा इस संगोल आ जड़ा उदे बारे फैक्ट बीजेपी दे रही आ कि 15 अगस्त 1947 जो ब्रिटिशर्स ने पावर ट्रांसफर करनी सी जवाहरलाल नहरू होर भारत की उदों इस संगोल में एक सिंबल वजो जवाहरलाल नहरू दिता गया से। पर कांग्रेस जी उन्होंने जो बुलारे ने जयराम रमेश ने उन्होंने कहा कि इस तरह का कुछ भी जड़ा मतलब उन्होंने तो स्पष्ट किया कि जी व्हाट्सएप यूनिवर्सिटी आलों बनाई गई हिस्टरी आलों बनाया गया इतिहास आ बीजेपी का जिदे कि संगोल उस हिस्टोरिकल इवेंट के जोड़ रहे हैं। पर दूजे पास बड़े नामवर जड़े लिखारी ने राजमोहन गांधी जिन्हों के पिता आप कह सकते हैं कि मैं हम शायद मैं भुलेखा ना खा रहा हूँ दादा जी से पिता जी से जवाहरलाल नहरू के सब तो करीब ही सी ते वो सारे इवेंट के जड़ा जो पावर ट्रांसफर हुई है तो वो शामिल सी। उन्होंने एक यह लेख लिखा है टिप्पणी की उन्होंने भी कहना है कि अजि कोई जानकारी संगोल बारे उन्होंने तो नहीं है तो वह कह रहे हैं कि मैं आस करता कि भारत सरकार कोई इसके जो पुख्ता सबूत ने वो जरूर नशर करे कि सचमुच ये संगोल कोई हिस्टोरिकल मतलब यहोजा संगोल आ जो यहोजा ठंडा आ जरा ब्रिटिशर्स ने इन्हों दिता से जो पावर ट्रांसफर करनी सी। पर चलो खैर ये उन्होंने अपनी बहस आ कि हिस्टोरिकल सी या नहीं सी साढ़े लिए बहस का विषय नहीं है कुछ भी हो पर साढ़े लिए बहस का विषय वो सिंपल आ साढ़े लिए विचार का विषय वो सिंपल आ जो संगोल आते जिमें एक ग्रैंड सैरेमनी सारे इवेंट में बनाया गया। उस तो पहला मैं तुम्हें लै चलता एक होर इवेंट वाल जी इस तो कुछ दिन पहला वापरी सी असी उसकी फुटेज भी देख रहे हैं जो प्रिंस चार्ल्स जड़े आ ब्रिटेन के जड़े हम राजे बने ने तो जी बरतानिया की सल्तनत आ उसके राजे ने तो उन्होंने जो उन्होंने गद्दी नशीन किया गया गद्दी पर बैठे तो उस समय जड़ा इवेंट होया वो भी एक ग्रैंड सैरेमनी सी। खास करके गल बड़ी ध्यान देने वाली है मैं अगे भी ये विचार करा कि जड़ा जी मनारकी आ जी राजशाही आ उसके सिंबल पिछले कुछ साल मजबूत हो रहे हैं जी डेमोक्रेसी आ कमजोर हो रही है तो जो प्रिंस चार्ल्स का भी वह ग्रैंड सैरेमनी सी जी सारी तख्त पर बैठन की तो वह भी सारी इसे का हिस्सा सी कि मनारकी के सिंबल स्ट्रोंग हो रहे हैं मनारकी स्ट्रोंग हो रही है। चलो खैर पहला असं ये फुटेज देख रहे हैं। God save the king. ਸੋ ਇਹ ਫੁਟੇਜ ਤੁਸੀਂ ਦੇਖੀ ਜਿਹਦੇ ਵਿੱਚ ਪ੍ਰਿੰਸ ਚਾਰਲਸ ਜਿਹੜੇ ਆ ਉਹ ਗੱਦੀ ਤੇ ਬੈਠ ਰਹੇ ਆ ਤੇ ਜਿਹੜੇ ਟ੍ਰੈਡੀਸ਼ਨਲ ਜਿਹੜੀ ਰਵਾਇਤ ਆ ਬਰਤਾਨੀਆ ਸਾਮਰਾਜ ਦੀ ਜਿਵੇਂ ਵੀ ਆ ਕਿ ਜਿਹੜੇ ਕ੍ਰਿਸਚਨ ਰਿਲੀਜੀਅਸ ਲੀਡਰਸ ਨੇ ਉਹਨਾਂ ਦੇ ਉਹ ਕਿਵੇਂ ਉਹਨਾਂ ਨੂੰ ਪਾਵਰ ਦਿੰਦੇ ਨੇ ਪਾਵਰ ਟ੍ਰਾਂਸਫਰ ਕਰਦੇ ਨੇ ਉਹਦੇ ਕੁਝ ਸਿੰਬਲਸ ਨੇ ਉਹਨਾਂ ਦੇ ਵਿੱਚ ਦੋ ਡੰਡੇ ਤੁਸੀਂ ਇਹਨਾਂ ਨੂੰ ਸੈਪਟਰਸ ਕਹਿੰਦੇ ਨੇ ਅਤੇ ਉਹ ਸੈਪਟਰਸ ਤੁਸੀਂ ਪ੍ਰਿੰਸ ਚਾਰਲਸ ਦੇ ਹੱਥਾਂ ਦੇ ਵਿੱਚ ਫੜੇ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਇੱਕ ਸੈਪਟਰ ਜਿਹੜਾ ਆ ਉਸ 'ਤੇ ਸਿਖਰ ਦੇ ਉੱਤੇ ਕਰੋਸ ਦਾ ਨਿਸ਼ਾਨ ਆ ਅਤੇ ਦੂਜਾ ਜਿਹੜਾ ਸੈਪਟਰ ਆ ਉਸਦੇ ਸਿਖਰ ਦੇ ਉੱਤੇ ਇੱਕ ਪੰਛੀ ਦਾ ਨਿਸ਼ਾਨ ਆ ਤਾਂ ਇਹ ਸਿੰਬਲਸ ਨੇ ਜਿਹੜੇ ਕਿ ਰਾਜੇ ਦੀ ਪਾਵਰ ਨੂੰ ਪੀਸ ਨੂੰ ਸਵਰੈਨਿਟੀ ਨੂੰ ਡਿਪੈਕਟ ਕਰਦੇ ਨੇ ਤਾਂ ਇਹ ਸੈਪਟਰ ਬੇਸਿਕਲੀ ਮਨਾਰਕੀ ਦੇ ਸਿੰਬਲਸ ਨੇ। ਅਤੇ ਹੁਣ ਉਸੇ ਤਰ੍ਹਾਂ ਦਾ ਜਿਹੜਾ ਇਹ ਸਿੰਗੋਲ ਇੱਕ ਸੈਪਟਰ ਆ ਇੱਕ ਰਾਜ ਡੰਡ ਆ ਜਿਹੜਾ ਉਹ ਹੁਣ ਭਾਰਤੀ ਸਿਆਸਤ ਦੇ ਵਿੱਚ ਲਿਆਂਦਾ ਗਿਆ ਹੈ ਅਤੇ ਜਿਹੜਾ ਸੈਪਟਰ ਆ ਜਾਂ ਇਹ ਸਿੰਗੋਲ ਆ ਇਹ ਕੋਈ ਡੈਮੋਕ੍ਰੇਸੀ ਦਾ ਸਿੰਬਲ ਨਹੀਂ ਆ ਇਹ ਸੈਪਟਰ ਜਾਂ ਸਿੰਗੋਲ ਜਿਹੜਾ ਆ ਇਹ ਰਾਜਸ਼ਾਹੀ ਦਾ ਸਿੰਬਲ ਆ ਤਾਂ ਇਹ ਕਲੀਅਰ ਆ ਮੋਦੀ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਬਾਕੀ ਮੈਸੇਜ ਦਿੱਤਾ ਆ ਸਪਸ਼ਟ ਤੌਰ 'ਤੇ ਕਿ ਇੰਡੀਆ ਸ਼ਾਇਦ ਹੁਣ ਕਹਿਣ ਲਈ ਵੀ ਡੈਮੋਕ੍ਰੇਸੀ ਨਹੀਂ ਬਚੇਗਾ
ਹੁਣ ਪੂਰੀ ਤਰ੍ਹਾਂ ਇੰਡੀਆ ਜਿਹੜਾ ਆ ਉਹ ਇੱਕ ਰਾਸ਼ਟਰ ਇੱਕ ਮਨਾਰਕੀ ਵੱਲ ਨੂੰ ਮੂਵ ਕਰ ਰਿਹਾ ਤੇ ਉਸ ਦੇ ਇੱਕ ਐਲਾਨ ਤੋਂ ਪਹਿਲਾਂ ਦੀ ਇੱਕ ਰਿਹਰਸਲ ਵਰਗੀ ਇਹ ਗ੍ਰੈਂਡ ਇਵੈਂਟ ਸੀ ਤੇ ਹੁਣ ਅਸੀਂ ਜਿਹੜਾ ਹਕੀਮ ਚਾਰਲਸ ਦੀ ਉਹ ਸੈਕਟਰਸ ਦੇਖੇ ਨੇ ਤੇ ਜਿਹੜਾ ਹੁਣ ਇੱਕ ਜਿਹੜੀਆਂ ਤਸਵੀਰਾਂ ਨੇ ਕੁਝ ਮਹਾਨ ਨੇਤਾ ਨਰਿੰਦਰ ਮੋਦੀ ਜੀ ਦੇ ਜਿਹੜੇ ਹੈਗਾ ਸੀ ਜਿਹੜਾ ਸਾਰਾ ਇਵੈਂਟ ਸੀ ਉਸ ਦੀਆਂ ਵੀ ਦੇਖ ਲੈਂਦੇ ਆ ਫਿਰ ਉਸ ਤੇ ਵਿਚਾਰ ਕਰਦੇ। ਤਾਂ ਤੁਸੀਂ ਦੇਖਿਆ ਕਿ ਜਿਵੇਂ ਇਹ ਇਵੈਂਟ ਇੰਚਾਰਜ ਦਾ ਹੋਇਆ ਸੀ ਕੁਝ ਉਸੇ ਤਰ੍ਹਾਂ ਦਾ ਇਵੈਂਟ ਜਿਹੜਾ ਆ ਉੱਥੇ ਕ੍ਰਿਸਚਨ ਰਿਲੀਜੀਅਸ ਲੀਡਰ ਸੀ ਇੱਥੇ ਹਿੰਦੂ ਰਿਲੀਜੀਅਸ ਲੀਡਰ ਸੀ ਜਿਨ੍ਹਾਂ ਦੇ ਜਿਨ੍ਹਾਂ ਤੋਂ ਇਹ ਜਿਹੜਾ ਆਪਣਾ ਸਿੰਗੋਲ ਆ ਸੋ ਕਾਲਡ ਸੈਪਟਰ ਜਿਹੜਾ ਆ ਉਹ ਲਿਆ ਅਤੇ ਫਿਰ ਉਸਨੂੰ ਸਥਾਪਿਤ ਕੀਤਾ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਨੇ। ਭਾਰਤ ਦੀ ਪੋਲੀਟਿਕਸ ਦੇ ਵਿੱਚ ਕਈ ਤਰ੍ਹਾਂ ਦੀਆਂ ਬਹਿਸਾਂ ਨੇ ਕਿ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ ਇਸ ਲਈ ਨਹੀਂ ਬੁਲਾਇਆ ਕਿ ਆਦਿਵਾਸੀ ਆ ਜਾਂ ਹੋਰ ਵੀ ਬੜੀਆਂ ਬਹਿਸਾਂ ਚੱਲ ਰਹੀਆਂ ਨੇ ਸਿੰਗੋਲ ਦੀ ਕੋਈ ਹਿਸਟੋਰੀਕਲ ਸੱਚਾਈ ਹੈ ਜਾਂ ਨਹੀਂ ਹੈ, ਪਰ ਮਸਲਾ ਸਾਡੇ ਲਈ ਮਸਲਾ ਨਹੀਂ ਹੈ। ਸਾਡੇ ਲਈ ਮਸਲਾ ਇਹ ਹੈ ਕਿ ਸਿੰਬਲਾਈਜੇਸ਼ਨ ਜੋ ਸਟੇਟ ਕਰ ਰਹੀ ਆ ਕਿ ਫਿਊਚਰ ਕੀ ਆ, ਭਵਿੱਖ ਕੀ ਆ, ਜਿਸ ਰਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਰਾਜ ਦਾ ਅੱਜ ਹਿੱਸਾ ਪੰਜਾਬ ਆ, ਚੜ੍ਹਦਾ ਪੰਜਾਬ ਆ, ਉਹ ਕਿੱਧਰ ਨੂੰ ਮੂਵ ਕਰ ਰਿਹਾ ਅਤੇ ਭਵਿੱਖ ਕਿਹੋ ਜਿਹਾ ਹੈ। ਤਾਂ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਅਸੀਂ ਮੋਹਨ ਭਾਗਵਤ ਦੀ ਕੀਤੀ ਤਾਂ ਮੋਹਨ ਭਾਗਵਤ ਦੀ ਗੱਲ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹ ਪਹਿਲਾਂ ਤੁਹਾਡੇ ਉੱਤੇ ਲਾਗੂ ਕੀਤਾ ਗਿਆ, ਤੁਹਾਨੂੰ ਇਹ ਚਾਹਿਆ ਗਿਆ ਕਿ ਯੂ ਆਰ ਇੰਡੀਅਨ ਫਸਟ। ਅਸੀਂ ਸਾਨੂੰ ਗੱਲ ਜਚੀ, ਇਹ ਗੱਲ ਬੜੇ ਵੱਡੇ ਹਿੱਸੇ ਨੇ ਕਹਿਣੀ ਵੀ ਸ਼ੁਰੂ ਕੀਤੀ। ਉਹ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਕੁਝ ਸਮੇਂ ਨੂੰ ਆਉਣ ਵਾਲਾ ਹੈ ਅਤੇ ਉਹਨਾਂ ਨੇ ਆਪਣੇ ਜੁਝਾਰੂ ਯੋਧਿਆਂ ਦੇ ਨਾਲ ਇੱਕ ਦੁਨੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਕੋਈ ਮਿਸਾਲ ਨਹੀਂ ਜਾਂ ਉਹਦਾ ਕੋਈ ਉਹਦੀ ਕੋਈ ਬਰਾਬਰੀ ਨਹੀਂ, ਇਹੋ ਜਿਹੀ ਜੰਗ ਜਿਹੜੀ ਆ ਭਾਰਤੀ ਫੌਜਾਂ ਦੇ ਨਾਲ ਲੜੀ, ਜਿਸ ਤੋਂ ਬਾਅਦ ਇਹ ਇੱਕ ਹਲੂਣਾ ਕੌਮ ਨੂੰ ਜ਼ਰੂਰ ਆਇਆ ਕਿ ਨਹੀਂ ਅਸੀਂ ਸਿੱਖ ਹਾਂ। ਪਰ ਇੱਕ ਵੱਡੀ ਅਸਟੈਬਲਿਸ਼ਮੈਂਟ ਜਿਹੜੀ ਆ ਇਸ ਨੈਰੇਟਿਵ ਦੀ ਸਿੱਖਾਂ ਦੇ ਵਿੱਚ ਵੀ ਹੋ ਚੁੱਕੀ, ਹੁਣ ਤੱਕ ਵੀ ਹੋ ਚੁੱਕੀ ਹੈ ਕਿ ਹਾਂ ਇੰਡੀਅਨ ਫਸਟ। ਅਤੇ ਇਹ ਜਿਹੜਾ ਨੈਰੇਟਿਵ ਆ ਇਹ ਸਿਰਫ ਸਿੱਖਾਂ 'ਚ ਨਹੀਂ, ਇਹ ਭਾਰਤੀ ਜਿਹੜਾ ਉਹ ਮਹਾਂਦੀਪ ਆ ਜਾਂ ਸਾਊਥ ਏਸ਼ੀਆ ਆ ਉਹਦੇ ਵਿੱਚ ਰਹਿੰਦੀਆਂ ਹੋਰ ਬਹੁਤ ਸਾਰੀਆਂ ਕੌਮਾਂ ਦੇ ਵਿੱਚ ਐਸਟੈਬਲਿਸ਼ ਹੋਇਆ, ਜਿਹੜੀਆਂ ਕੌਮਾਂ ਅੱਜ ਸੋ ਕਾਲਡ ਜਿਹੜੀ ਇੰਡੀਅਨ ਡੈਮੋਕ੍ਰੇਸੀ ਆ ਉਹਦੇ ਆਪਾਂ ਕਹਿ ਸਕਦੇ ਖਿੱਤੇ 'ਚ ਰਹਿ ਰਹੀਆਂ। ਅਤੇ ਉਹ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਸਾਰਾ ਨੈਰੇਟਿਵ ਸੀ ਉਹ ਨੈਰੇਟਿਵ ਬੇਸਿਕਲੀ ਹਿੰਦੂ ਟ੍ਰੈਡੀਸ਼ਨਸ 'ਤੇ ਐਸਟੈਬਲਿਸ਼ਡ ਸੀ, ਪਰ ਕਿਉਂਕਿ ਉਹ ਵੈਸਟਰਨ ਥੋਟ ਵੈਸਟਰਨ ਤੌਰ ਤਰੀਕਾ ਜਿਹੜਾ ਆ ਉਹ ਉਸ ਦੇ ਵਿੱਚ ਆਪਾਂ ਕਹਿ ਸਕਦੇ ਲਿਪਾ ਪੋਚੀ ਕਰਕੇ ਦਿੱਤਾ ਗਿਆ ਸੀ, ਉਹਨਾਂ ਸਪਸ਼ਟ ਨਹੀਂ ਸੀ ਹੁੰਦਾ, ਪਰ ਉਸਨੇ ਬਦਲਣਾ ਇੱਥੇ ਹੀ ਸੀ ਜਿੱਥੇ ਅੱਜ ਪਹੁੰਚਿਆ। ਤਾਂ ਹੁਣ ਉਹ ਜਿਹੜਾ ਪਹਿਲਾਂ ਤੁਹਾਡੀਆਂ ਜਿਹੜੀਆਂ ਟ੍ਰੈਡੀਸ਼ਨਲ ਨੈਸ਼ਨਲ ਆਈਡੈਂਟੀ ਸੀ ਕਿਸੇ ਦੀ ਸਿੱਖ ਕਿਸੇ ਨਾਗਾਜ਼ ਮੀਜ਼ੋਜ਼ ਸੋ ਕਿੰਨੀਆਂ ਨੈਸ਼ਨਲ ਆਈਡੈਂਟੀਜ਼ ਜਿਹੜੀਆਂ ਐਥਨਿਕ ਆਈਡੈਂਟੀ ਸੀ ਉਹਨਾਂ ਨੂੰ ਡਲਿਊਟ ਕੀਤਾ ਇੰਡੀਅਨ ਨੈਸ਼ਨਲਿਜ਼ਮ ਦੇ ਨਾਲ। ਅਤੇ ਹੁਣ ਐਲਾਨੀਆ ਤੌਰ 'ਤੇ ਜਿਹੜਾ RSS ਜਾਂ ਫਿਰ ਅਸੀਂ ਕਹਿ ਸਕਦੇ ਕਿ ਇੰਡੀਅਨ ਜਿਹੜੀ ਮੈਜੋਰਿਟੀ ਦੀ ਲੀਡਰਸ਼ਿਪ ਆ ਉਹ ਇਹ ਗੱਲ ਕਹਿ ਰਹੀ ਆ ਕਿ ਜੋ ਵੀ ਫਿਰ ਹੁਣ ਇੰਡੀਅਨ ਹੈ ਉਹ ਹਿੰਦੂ ਹੈ। ਤਾਂ ਜੇ ਤੁਸੀਂ ਇੰਡੀਅਨ ਹੋ ਮੋਹਨ ਭਾਗਵਤ ਜੀ ਦੇ ਕਹਿਣ ਦੇ ਮੁਤਾਬਕ ਤਾਂ ਤੁਸੀਂ ਹਿੰਦੂ ਹੋ। ਅਤੇ ਹੁਣ ਐਲਾਨੀਆ ਤੌਰ 'ਤੇ ਫਿਰ ਹਿੰਦੂ ਰਾਸ਼ਟਰ ਵੀ ਬਣ ਜਾ ਰਿਹਾ, ਕਿਉਂਕਿ ਜਦੋਂ ਸਾਰੇ ਹਿੰਦੂ ਆ ਫਿਰ ਉਹ ਇੰਡੀਅਨ ਨੇਸ਼ਨ ਤਾਂ ਹੋਣ ਦਾ ਮਤਲਬ ਹੀ ਨਹੀਂ ਰਹਿ ਜਾਂਦਾ, ਫਿਰ ਉਹ ਹਿੰਦੂ ਨੇਸ਼ਨ ਆ, ਹਿੰਦੂ ਰਾਸ਼ਟਰ ਆ। ਤਾਂ ਉਸ ਦੇ ਲਈ ਜਿਹੜੀ ਹਿਸਟਰੀ ਲਿਖੀ ਜਾਣੀ ਆ ਉਸਦੀ ਉਹ ਲਿਖੀ ਜਾ ਰਹੀ ਹੈ, ਜਿਸ ਦਾ ਪ੍ਰੋਸੈਸ ਚੱਲ ਰਿਹਾ ਹੈ, ਜਿਸ ਦੀ ਇੱਕ ਉਦਾਹਰਣ ਆ ਸਿੰਗੋਲ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਈ ਹੈ। ਤਾਂ ਸਭ ਤੋਂ ਵੱਡਾ ਚੈਲੰਜ ਜਿਹੜਾ ਇੱਥੇ ਐਥਨਿਕ ਨੈਸ਼ਨੈਲਿਟੀਜ਼ ਨੂੰ ਜਾਂ ਐਥਨਿਕ ਕੌਮਾਂ ਨੂੰ ਆ, ਖਾਸ ਕਰਕੇ ਜਿਵੇਂ ਸਿੱਖ ਨੇ ਜਾਂ ਕਸ਼ਮੀਰੀ ਨੇ, ਤਾਂ ਉਹਨਾਂ ਦੇ ਲਈ ਸਭ ਤੋਂ ਵੱਡਾ ਚੈਲੰਜ ਇਹ ਆ ਕਿ ਜਿਹੜੀਆਂ ਉਹਨਾਂ ਦੀਆਂ ਫਿਊਚਰ ਦੀਆਂ ਜਨਰੇਸ਼ਨ ਨੇ ਜੇ ਉਹ ਇਸੇ ਸਿਸਟਮ ਇਸੇ ਵਿਧਾਨ ਇਸੇ ਰਿਪਬਲਿਕ ਜਾਂ ਇਸੇ
ਸੋ ਕਾਲਡ ਕੰਟਰੀ ਦੇ ਸਿਸਟਮ ਦੇ ਵਿੱਚ ਰਹਿੰਦੀਆਂ ਨੇ ਤਾਂ ਫਿਰ ਉਹਨਾਂ ਦਾ ਜਿਹੜਾ ਭਵਿੱਖ ਨੇ ਉਹਨਾਂ ਦੀਆਂ ਜਨਰੇਸ਼ਨਸ ਨੇ ਉਹਨਾਂ ਦੀ ਜਿਹੜੀ ਆਈਡੈਂਟੀ ਆ ਉਹ ਕਿਵੇਂ ਡਿਫਾਈਨ ਹੋਵੇਗੀ। ਕਿਉਂਕਿ ਜੇ ਤੁਹਾਡੀ ਆਈਡੈਂਟੀ ਇਸ ਆਧਾਰ 'ਤੇ ਡਿਫਾਈਨ ਹੋਵੇਗੀ ਕਿ ਤੁਸੀਂ ਹਿੰਦੂ ਹੋ ਤਾਂ ਤੁਹਾਡਾ ਸਾਰਾ ਇਤਿਹਾਸ ਮਲੀਆਮੇਟ ਹੋ ਜਾਵੇਗਾ ਅਤੇ ਉਹ ਤੁਸੀਂ ਮਤਲਬ ਇਹ ਇੱਕ ਜੈਨੋਸਾਈਡ ਜਿਹੜਾ ਵੋਸਟ ਜੈਨੋਸਾਈਡ ਦਾ ਰੂਪ ਆ। ਇੱਕ ਜੈਨੋਸਾਈਡ ਤਾਂ ਹੁੰਦਾ ਕਿ ਤੁਹਾਡਾ 1000 ਬੰਦਾ ਮਾਰਤਾ, ਤੁਹਾਡਾ 2000 ਬੰਦਾ ਮਾਰਤਾ, ਜਿਹੜਾ ਕਿ ਅਸੀਂ ਫੇਸ ਕੀਤਾ ਹੈ। ਹਜ਼ਾਰਾਂ ਦੇ ਵਿੱਚ ਸਾਡੇ ਬੰਦੇ ਮਾਰੇ ਨੇ, ਹਜ਼ਾਰਾਂ ਦੇ ਵਿੱਚ ਕਸ਼ਮੀਰੀ ਮਾਰੇ, ਹਜ਼ਾਰਾਂ ਦੇ ਵਿੱਚ ਨਾਗਾ ਮਾਰੇ ਨੇ। ਪਰ ਮਸਲਾ ਇਹ ਵੀ ਜਦੋਂ ਤੁਹਾਡੀ ਬਿਲਕੁਲ ਸਫਾਇਆ ਹੋ ਜਾਣਾ ਕਿ ਤੁਹਾਨੂੰ ਤੁਸੀਂ ਮਾਰੇ ਤੋਂ ਬਿਨਾਂ ਹੀ ਤੁਸੀਂ ਰਹਿਣਾ ਹੀ ਨਹੀਂ। ਜਿਹੜੀ ਆਈਡੈਂਟੀ ਦੇ ਲਈ ਭਾਈ ਦਾਰੂ ਸਿੰਘ ਜਦੋਂ ਸ਼ਹੀਦ ਹੁੰਦੇ ਆ ਜਾਂ ਫਿਰ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਸਾਹਿਬਜ਼ਾਦੇ ਦੇ ਸਾਹਮਣੇ ਮਸਲਾ ਕੀ ਸੀ? ਵਜ਼ੀਰ ਖਾਨ ਇਹੀ ਗੱਲ ਕਹਿ ਰਿਹਾ ਸੀ ਕਿ ਆਪਣੀ ਆਈਡੈਂਟੀ ਛੱਡ ਦਿਓ, ਮੈਂ ਤੁਹਾਨੂੰ ਸਾਰਾ ਕੁਝ ਐਸ਼ੋ ਆਰਾਮ ਦੌਲਤਾਂ ਸ਼ੋਹਰਤਾਂ ਰਾਜ ਸਾਰਾ ਕੁਝ ਦੇਵਾਂ, ਬਸ ਆਪਣੀ ਆਈਡੈਂਟੀ ਛੱਡ ਦਿਓ। ਪਰ ਮਸਲਾ ਆਈਡੈਂਟੀ ਦਾ ਸੀ, ਕਿਉਂਕਿ ਸਿੱਖੀ ਦਾ ਤਾਂ ਇਹ ਸਿਧਾਂਤ ਆ ਕਿ ਕਿਸੇ 'ਤੇ ਜਬਰੀ ਥੋਪਣਾ ਨਹੀਂ ਅਤੇ ਜੇ ਕਿਸੇ ਤੋਂ ਜਬਰੀ ਖੋਇਆ ਜਾ ਰਿਹਾ ਉਸ ਦੀ ਆਈਡੈਂਟੀ ਨੂੰ ਤਾਂ ਉਸ ਦੀ ਪ੍ਰੋਟੈਕਸ਼ਨ ਵੀ ਕਰਨੀ ਹੈ, ਸਾਰਾ ਸਿੱਖੀ ਦਾ ਸਿਧਾਂਤ ਆ। ਅਤੇ ਹੁਣ ਸਿੱਖਾਂ 'ਤੇ ਹੀ ਕਥਾ ਬਣੀ ਹੈ ਤਾਂ ਇਹ ਮਸਲਾ ਬੜਾ ਗੰਭੀਰ ਆ ਕਿ ਜਿਹੜੀ ਇਹ ਸਿੰਪਲਾਈਜੇਸ਼ਨ ਹੋਈ ਆ, ਮੈਂ ਤੁਹਾਨੂੰ ਦੱਸਿਆ ਕਿ ਇਹ ਮੋਨਾਰਕੀ ਸਟੈਬਲਿਸ਼ ਹੋ ਰਹੀ ਆ ਅਤੇ ਇਹ ਕੋਈ ਐਵੇਂ ਚੱਲਦੀ ਫਿਰਦੀ ਖਬਰ ਨਹੀਂ ਆ ਕਿ ਅਸੀਂ ਖਬਰ ਨੂੰ ਦੇਖੀਏ ਜਾਂ ਫਿਰ ਸਾਡੇ ਲਈ ਜ਼ਰੂਰੀ ਨਹੀਂ ਕਿ ਬਹਿਸ ਦਾ ਵਿਸ਼ਾ ਜਿਹੜਾ ਭਾਰਤੀ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਬਹਿਸ ਦਾ ਵਿਸ਼ਾ ਹੈ ਉਹੀ ਪੰਜਾਬ ਦੇ ਵਿੱਚ ਬਹਿਸ ਦਾ ਵਿਸ਼ਾ ਹੋਵੇ। ਪੰਜਾਬ ਦਾ ਆਪਣਾ ਨਜ਼ਰੀਆ ਹੈ, ਪੰਜਾਬ ਦੀ ਆਪਣੀ ਹੋਂਦ ਆ ਅਤੇ ਪੰਜਾਬ ਦੀ ਬਹਿਸ ਵੀ ਆਪਣੀ ਵੱਖਰੀ ਹੋਣੀ ਚਾਹੀਦੀ ਆ। ਅਤੇ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਇਸੇ ਗੱਲ 'ਤੇ ਆਧਾਰਿਤ ਆ ਕਿ ਕੀ ਅਸੀਂ ਗੰਭੀਰ ਹਾਂ, ਕੀ ਸਿੱਖ ਸੁਸਾਇਟੀ ਗੰਭੀਰ ਆ, ਕੀ ਸਿੱਖ ਇਸ ਗੱਲ ਦਾ ਚਿੰਤਨ ਕਰ ਰਹੇ ਨੇ ਕਿ ਜੇ ਅਲਾਨੀਆ ਤੌਰ 'ਤੇ ਭਾਰਤ ਹਿੰਦੂ ਰਾਸ਼ਟਰ ਬਣਦਾ ਆ ਤਾਂ ਫਿਰ ਉਹ ਉਹਨਾਂ ਦੀ ਆਈਡੈਂਟੀ ਕਿਵੇਂ ਡਿਫਾਈਨ ਹੋਵੇਗੀ? ਤਾਂ ਇਹ ਸਵਾਲ ਬੜੇ ਗੰਭੀਰ ਨੇ ਜਿਹੜੇ ਕਿ ਸਾਨੂੰ ਸਮਝਣੇ ਚਾਹੀਦੇ ਆ, ਸਾਨੂੰ ਸੋਚਣੇ ਚਾਹੀਦੇ ਆ। ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਇੱਕ ਬੜਾ ਜਦੋਂ ਕਿੰਗ ਚਾਰਲਸ ਗੱਦੀ 'ਤੇ ਬੈਠ ਰਹੇ ਸੀ ਤਾਂ ਉਦੋਂ ਇੱਕ ਬੜੀ ਖਬਰ ਜਿਹੜੀ ਆ ਉਹ ਚੱਲੀ ਕਿ ਇੱਕ ਸਿੱਖ ਨੇ ਕਿੰਗ ਚਾਰਲਸ ਨੂੰ ਜਿਹੜੀਆਂ ਚੀਜ਼ਾਂ ਭੇਂਟ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਇੱਕ ਦਸਤਾਨਾ ਸੀ ਜਿਹੜਾ ਇੱਕ ਸਿੱਖ ਨੇ ਭੇਂਟ ਕੀਤਾ ਅਤੇ ਉਹ ਸਿੱਖਾਂ ਦੇ ਲਈ ਇਹ ਵੀ ਕਿਹਾ ਗਿਆ ਕਿ ਮਾਣ ਵਾਲੀ ਗੱਲ ਆ। ਠੀਕ ਆ, ਕੋਈ ਸਿੱਖ ਹੋ ਸਕਦਾ ਜਿਹੜਾ ਕਿ ਬਰਤਾਨੀਆ ਦੀ ਸਲਤਨਤ ਜਿਹੜੀ ਆ ਉਹਦੇ ਵਿੱਚ ਪਰਜਾ ਹੋਵੇ, ਪਰਜਾ ਤੁਸੀਂ ਸਮਝਦੇ ਹੋ ਕਿ ਪਬਲਿਕ ਹੋਵੇ, ਲੋਕਾਈ ਹੋਵੇ। ਹੋ ਸਕਦਾ ਕੋਈ ਸਿੱਖ ਜਿਹੜਾ ਆ ਕੱਲ੍ਹ ਨੂੰ ਹਿੰਦੂ ਸਾਮਰਾਜ ਇਹ ਬਣਦਾ ਆ ਤਾਂ ਹੋ ਸਕਦਾ ਕਿ ਕੋਈ ਸਿੱਖ ਉਸ ਸਾਮਰਾਜ ਦੇ ਵਿੱਚ ਬਤੌਰ ਸਿੱਖ ਜਿਹੜਾ ਆ ਉਹ ਪਰਜਾ ਹੋਵੇ। ਪਰ ਕੀ ਸਿੱਖਾਂ ਦਾ ਵੀ ਇਸ ਧਰਤੀ ਦੇ ਉੱਤੇ ਕਿਤੇ ਫਿਰ ਰਾਜ ਦਾ ਦਾਵਾ ਨਹੀਂ? ਕੀ ਸਿੱਖਾਂ ਨੇ ਜਿਸ ਜ਼ਮੀਨ ਦੇ ਉੱਤੇ ਆਪਣਾ ਮੜਾ ਮੁਹੀ ਲਹੂ ਡੋਲਿਆ, ਜਿਸ ਧਰਤ ਦੇ ਉੱਤੇ ਜਿਸ ਖਿੱਤੇ ਦੇ ਉੱਤੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਅਤੇ ਜਿੱਥੇ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਹੋਈਆਂ, ਜਿੱਥੇ ਗੁਰੂ ਸਾਹਿਬਾਨ ਨੇ ਸਿੱਖੀ ਦੀ ਜੜ੍ਹ ਲਾਈ, ਸਿੱਖੀ ਪ੍ਰਫੁੱਲਤ ਹੋਈ, ਜਿੱਥੇ ਦਰਬਾਰ ਸਾਹਿਬ ਆ, ਜਿੱਥੇ ਕੇਸਗੜ੍ਹ ਸਾਹਿਬ ਆ, ਜਿੱਥੇ ਸਿੱਖੀ ਦੇ ਤਖ਼ਤ ਨੇ, ਜਿੱਥੇ ਸਿੱਖੀ ਦਾ ਇਤਿਹਾਸ ਆ। ਕਿ ਕੋਈ ਅਜਿਹਾ ਖਿੱਤਾ ਕਿ ਜਿਸ ਖਿੱਤੇ ਬਾਰੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਲਵੇ ਦੀ ਧਰਤੀ ਤੋਂ ਜਦੋਂ ਦੱਖਣ ਵੱਲ ਨੂੰ ਕੂਚ ਕਰਨਾ ਸੀ ਅਤੇ ਸਿੱਖਾਂ ਨੂੰ ਕਹਿੰਦੇ ਨੇ ਕਿ ਤੁਸੀਂ ਬੜੀ ਸੇਵਾ ਕੀਤੀ ਆ, ਬਖਸ਼ਿਸ਼ ਦੱਸੋ, ਮੰਗੋ, ਕੀ ਮੰਗਦੇ ਹੋ, ਮੈਂ ਤੁਹਾਨੂੰ ਰਾਜ ਬਖਸ਼ਦਾ, ਮੈਂ ਤੁਹਾਨੂੰ ਦੱਖਣ ਦਾ ਰਾਜ ਬਖਸ਼ਦਾ। ਅਤੇ ਸਿੱਖ ਕਹਿੰਦੇ ਨੇ ਮਹਾਰਾਜ ਸਾਨੂੰ ਪੰਜਾਬ ਦਾ ਹੀ ਰਾਜ ਬਖਸ਼ਦੇ ਹੋ, ਸਾਨੂੰ ਪੰਜਾਬ ਦਾ ਹੀ ਰਾਜ ਚਾਹੀਦਾ। ਗੁਰੂ ਸਾਹਿਬ ਕਹਿੰਦੇ ਭੋਲੇ ਉਹ ਕੀ ਗੱਲਾਂ ਕਰੀ ਹੈ ਨਾ, ਮੈਂ ਚਲੋ ਤੁਹਾਨੂੰ ਸਾਰੀ ਦੁਨੀਆ ਦਾ ਰਾਜ ਬਖਸ਼ਦਾ, ਤੁਸੀਂ ਚਲੋ। ਪਰ ਸਿੱਖ ਕਹਿੰਦੇ ਨਹੀਂ ਮਹਾਰਾਜ, ਸਾਨੂੰ ਪੰਜਾਬ ਦਾ ਹੀ ਰਾਜ ਚਾਹੀਦਾ, ਪੰਜਾਬ ਦਾ ਹੀ ਰਾਜ ਬਖਸ਼ਦੇ। ਤਾਂ ਇਹ ਜਿਹੜਾ ਪੰਜਾਬ ਦੇ ਨਾਲ ਸਿੱਖਾਂ ਦੀ ਸਾਂਝ ਆ, ਇਹ ਕੋਈ ਇਕੱਲੀ ਇਹ ਨਹੀਂ ਕਿ ਮਿੱਟੀ ਦੇ ਨਾਲ, ਉਸ ਮਿੱਟੀ ਦੇ ਵਿੱਚ ਜਿਹੜਾ ਲਹੂ ਆ, ਉਸ ਮਿੱਟੀ ਦੇ ਵਿੱਚ ਜਿਹੜਾ ਪਸੀਨਾ ਆ, ਖੂਨ ਪਸੀਨਾ ਆ, ਜਿਹੜਾ ਇੱਕ ਉਸ ਮਿੱਟੀ ਦੇ ਵਿੱਚ ਜਿਹੜੀ ਇੱਕ ਲਗੇਸੀ ਆ ਸਿੱਖਾਂ ਦੀ, ਤਾਂ ਕੀ ਸਿੱਖਾਂ ਦਾ ਵੀ ਉਸ ਖਿੱਤੇ 'ਤੇ ਰਾਜ ਦਾ ਦਾਵਾ ਨਹੀਂ ਬਣਦਾ? ਇਹ ਦੁਨੀਆਂ ਦੇ ਸਾਹਮਣੇ ਸਵਾਲ ਆ। ਇਹ ਵੀ ਦੁਨੀਆਂ ਦੇ ਸਾਹਮਣੇ ਸਵਾਲ ਆ ਕਿ ਜੇ ਹੁਣ ਮੋਨਾਰਕੀ ਨੇ ਸਟਰੋਂਗ ਹੋਣਾ ਆ, ਜੇ ਡੈਮੋਕ੍ਰੇਸੀ ਦਾ ਭੋਗ ਪੈਣਾ ਆ, ਜੇ ਮੋਨਾਰਕੀ ਦੇ ਸਿੰਬਲਸ ਇਸੇ ਤਰ੍ਹਾਂ ਉੱਗੜਨੇ ਆ, ਅਤੇ ਫਿਰ ਜਿਹੜਾ ਆ ਸਿੱਖਾਂ ਦੀ ਜਿਹੜੀ ਜਿਹੜਾ ਪਾਤਸ਼ਾਹੀ ਦਾ ਹੋਇਆ, ਕਿ ਉਹ ਦੁਨੀਆਂ ਦੇ ਲਈ ਇੱਕ ਬਦਲਵਾਂ ਸਰੂਪ ਸਿਆਸਤ ਦਾ ਨਹੀਂ ਬਣ ਸਕਦਾ? ਕੀ ਜਿਹੜਾ ਸਿੱਖ ਦੀ ਸਿੱਖੀ ਦੀ ਸਿਆਸਤ ਦਾ ਮਾਡਲ ਆ
ਅਕਾਲ ਤਖ਼ਤ ਸਾਹਿਬ ਦੇ ਰੂਪ ਦੇ ਵਿੱਚ ਕੀ ਉਹ ਦੁਨੀਆਂ ਦੇ ਵਿੱਚ ਇੱਕ ਨਵਾਂ ਬਦਲਵਾ ਮਾਡਲ ਨਹੀਂ ਦੇ ਸਕਦਾ ਜਿਹੜਾ ਦੁਨੀਆਂ ਦੇ ਵਿੱਚ ਸ਼ਾਂਤੀ ਲਿਆ ਸਕੇ, ਜਿਹੜਾ ਦੁਨੀਆਂ ਦੇ ਵਿੱਚ ਇਕੁਐਲਿਟੀ ਪੀਸ ਦੀ ਗੱਲ ਕਰ ਸਕੇ। ਤਾਂ ਇਹ ਵੀ ਸਿੱਖਾਂ ਦੇ ਸਾਹਮਣੇ ਹੁਣ ਸਵਾਲ ਨੇ। ਪਰ ਟਰਾਂਸਫੋਰਮੇਸ਼ਨ ਜਿਹੜੀ ਆ ਉਹ ਯਕੀਨੀ ਆ, ਇੰਡੀਅਨ ਪੋਲੀਟਿਕਸ ਦੇ ਵਿੱਚ ਵੀ ਅਤੇ ਓਵਰਆਲ ਗਲੋਬਲ ਪੋਲੀਟਿਕਸ ਦੇ ਵਿੱਚ ਵੀ। ਤਾਂ ਉੱਥੇ ਸਿੱਖਾਂ ਦਾ ਸਟੇਟਸ ਕੀ ਆ, ਸਿੱਖ ਆਪਣੇ ਆਪ ਨੂੰ ਕਿਵੇਂ ਦੇਖ ਰਹੇ ਨੇ, ਸਿੱਖ ਸਿਰਫ ਅਰਜਾ ਬਣ ਕੇ ਰਹਿਣਾ ਚਾਹੁੰਦੇ ਆ, ਜਾਂ ਫਿਰ ਸਿੱਖ 18ਵੀਂ ਸਦੀ ਵਾਲੇ ਦੌਰ ਵੱਲ ਪਰਤਣਾ ਚਾਹੁੰਦੇ ਆ, ਜਦੋਂ ਜਿਹੜਾ ਸਿੱਖ ਆ ਜਿਹੜਾ ਉਹ ਪਾਤਸ਼ਾਹੀ ਦਾਅਵੇ ਦੇ ਵਿੱਚ ਵਿਚਰਦਾ ਸੀ ਅਤੇ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਸੀ ਅਤੇ ਪਾਤਸ਼ਾਹੀ ਦਾਅਵੇ ਦੇ ਲਈ ਲੜਦਾ ਸੀ, ਭਾਵੇਂ ਉਹ ਲੜਦਾ ਘੋੜਿਆਂ ਦੀਆਂ ਕਾਠੀਆਂ 'ਤੇ ਸੀ, ਉਸ ਨੂੰ ਕਰਮ ਸੀ ਨਹੀਂ ਸੀ ਹੋ ਰਹੇ, ਪਰ ਉਹ ਜੂਝਦਾ ਸੀ, ਸੰਘਰਸ਼ ਕਰਦਾ ਸੀ ਪਾਤਸ਼ਾਹੀ ਦਾਅਵੇ ਦੇ ਲਈ। ਤਾਂ ਇਹ ਮਸਲਾ ਜਿਹੜਾ ਆ ਅੱਜ ਤੁਹਾਡੇ ਨਾਲ ਅਸੀਂ ਸਾਂਝ ਪਾਈ ਆ। ਤੁਸੀਂ ਦੇਖਿਆ ਕਿ ਜਿਹੜੇ ਸਿੰਬਲਸ ਨੇ ਜਿਹੜੇ ਮਨਾਰਕੀ ਦੇ ਉਹ ਕਿਵੇਂ ਸਟਰੋਂਗ ਹੋ ਰਹੇ ਆ ਭਾਰਤ ਦੇ ਵਿੱਚ ਵੀ, ਅਤੇ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਅਜਿਹੇ ਵਿਸ਼ੇ 'ਤੇ ਜੋ ਸਾਡੀਆਂ ਜ਼ਿੰਦਗੀਆਂ ਨੂੰ ਜਾਂ ਸਾਡੀ ਸੋਸਾਇਟੀ ਨੂੰ ਜਿਹੜਾ ਆ ਅਫੈਕਟ ਕਰਦਾ ਹੋਵੇ, ਜਾਂ ਜਿਸ ਦੇ ਪਿੱਛੇ ਕੋਈ ਹੋਰ ਡੂੰਘੀ ਗੱਲ ਹੋਵੇ ਜੋ ਅਸੀਂ ਤੁਹਾਨੂੰ ਦੱਸ ਸਕਦੇ ਹੋਈਏ, ਉਹ ਵਿਸ਼ੇ ਦੇ ਨਾਲ ਮੈਂ ਕੱਲ੍ਹ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਅਤੇ ਹੁਣ ਜਾਂਦੇ ਜਾਂਦੇ ਹਾਂ ਅਸੀਂ ਬ੍ਰੈਂਪਟਨ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਣ ਜਾ ਰਿਹਾ 4 ਜੂਨ ਨੂੰ, ਜੋ ਕਿ ਹਰ ਸਾਲ ਇੱਥੇ ਨਗਰ ਕੀਰਤਨ ਕੀਤਾ ਸਜਾਇਆ ਜਾਂਦਾ ਹੈ, ਜਿਹੜਾ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅਤੇ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਉਸਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ। ਅਤੇ ਇਸ ਨਗਰ ਕੀਰਤਨ ਦੇ ਜਿਹੜੇ ਪ੍ਰਬੰਧਕ ਗੁਰਸਿੱਖ ਨੇ, ਉਹਨਾਂ ਦੇ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਆ ਕਿ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਆ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਅਤੇ ਸ਼ਹੀਦਾਂ ਨੂੰ ਸਿੱਖਦਾ ਕਰਨ। ਅਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਸ ਨਗਰ ਕੀਰਤਨ ਦੇ ਵਿੱਚ ਸਾਡੀ ਜਿੰਨੀ ਇੱਥੇ ਕਮਿਊਨਿਟੀ ਆ ਉਹ ਵੱਧ ਤੋਂ ਵੱਧ ਸ਼ਾਮਿਲ ਹੋਵੇ, ਤਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ, ਆਪਣੇ ਕਰੰਟ ਸਟੇਟਸ ਬਾਰੇ ਪਤਾ ਲੱਗ ਸਕੇ, ਅਤੇ ਅਸੀਂ ਭਵਿੱਖ ਦੇ ਨਵੇਂ ਰਾਹ ਉਸਾਰ ਸਕੀਏ। ਅਤੇ ਇਹਨਾਂ ਸ਼ਰਤਾਂ ਦੇ ਨਾਲ ਮੈਂ ਮਾਫ਼ੀ ਚਾਹੁੰਦਾ ਅਤੇ ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ 1980 ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਦੁਪਹਿਰ 12 ਵਜੇ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ 6 ਵਜੇ ਸਮਾਪਤ ਹੋਣਗੇ। ਜਿੰਨੀ ਵੀ ਸਿੱਖ ਸੰਗਤ ਇਸ ਸੰਦੇਸ਼ ਦੇ ਜ਼ਰੀਏ ਸਾਡੇ ਨਾਲ ਜੁੜੀ ਹੋਈ ਆ, ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਵੋ ਜੀ। 4 ਜੂਨ ਦਿਨ ਐਤਵਾਰ ਕਿਸੇ ਵੀ ਜਾਣਕਾਰੀ ਲਈ ਦੋਨਾਂ ਗੁਰਦੁਆਰਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।